ਨਮਸਕਾਰ ਖਬਰਾਂ ਦੇਸ਼ ਬੁਲਟਨ 'ਚ ਤੁਹਾਡਾ ਸਵਾਗਤ ਮੈਰਜਨੀ ਪਹਿਲਾ ਪੇਸ਼ ਨੇ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਦਿਆਰਥੀਆਂ ਨੂੰ ਟੈਕਨੋਲੋਜੀ ਦੀ ਵਧੇਰੇ ਵਰਤੋਂ ਤੋਂ ਬਚਾਉਣ ਲਈ ਨਿਯਮਿਤ ਅਤੇ ਆਨਲਾਈਨ ਚਮਾਤਾਂ ਵਿਚਾਲੇ ਸੰਤੁਲਨ ਬਣਾਈ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ ਕੇਂਦਰੀ ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਖੇਡ ਖਿਡਾਰੀ ਦੀ ਚੰਗੀ ਸਿਹਤ, ਸਵੱਛਤਾ, ਫਿਟਨੈਸ ਅਤੇ ਸਿਹਤਿਆਬੀ ਹੁਣਾ ਦੀਆਂ ਬੁਨਿਆਦੀ ਜ਼ਰੂਰਤਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਭਾਜਪਾ ਨੇਤਾ ਤਜਿੰਦਰਪਾਲ ਸਿੰਘ ਬੱਗਾ ਦੀ ਗ੍ਰਿਫਤਾਰੀ ਤੇ 10 ਮਈ ਤੱਕ ਰੋਕ ਲਗਾਈ CBI ਨੇ 40 ਕਰੋੜ ਦੇ ਬੈਂਕ ਫਰਾਡ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਨਕਾਰ ਜਸਵੰਤ ਸਿੰਘ ਗੱਜਨ ਮਾਜਰਾ ਦੇ ਟਿਕਾਣਿਆਂ 'ਤੇ ਕੀਤੀ ਛਾਪੇਮਾਰੀ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਈਬ੍ਰਿਡ ਸਿੱਖਿਆ ਪ੍ਰਣਾਲੀ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਨੂੰ ਟੈਕਨੋਲੋਜੀ ਦੀ ਵਧੇਰੇ ਵਰਤੋਂ ਤੋਂ ਬਚਾਉਣ ਲਈ ਨਿਮਿਤ ਅਤੇ ਆਨਲਾਈਨ ਜਮਾਤਾਂ ਵਿਚਕਾਰ ਸੰਤੁਲਨ ਬਣਾਈ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ। ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਕੌਮੀ ਸਿਖਿਆ ਨੀਤੀ ਨੂੰ ਲਾਗੂ ਕਰਨ ਦੀ ਸਮੀਖਿਆ ਕੀਤੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੂੰ ਕੌਮੀ ਸਿਲੇਬਸ ਦਾ ਖਾਕਾ ਤਿਆਰ ਕਰਨ ਦੀ ਦਿਸ਼ਾ ਵਿੱਚ ਹੁਣ ਤੱਕ ਕੋਈ ਪ੍ਰਗਤੀ ਬਾਰੇ ਜਾਣੂ ਕਰਵਾਇਆ ਗਿਆ ਮੀਟਿੰਗ ਦੌਰਾਨ ਇਹ ਸੁਝਾ ਦਿੱਤਾ ਗਿਆ ਕਿ ਆਂਗਣਵਾੜੀ ਕੇਂਦਰਾਂ ਦੇ ਡਾਟਾਬੇਸ ਨੂੰ ਸਕੂਲਾਂ ਦੇ ਡਾਟਾਬੇਸ ਨਾਲ ਜੋੜਿਆ ਜਾਵੇ ਇਸ ਤੋਂ ਇਲਾਵਾ ਤਕਨੀਕ ਦੀ ਮਦਦ ਨਾਲ ਸਕੂਲਾਂ ਵਿੱਚ ਬੱਚਾ ਦੀ ਸਿਹਤ ਜਾਂਚ ਵੀ ਲਾਜ਼ਮੀ ਹੋਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਨੇ ਸੁਝਾ ਦਿੱਤਾ ਹੈ ਕਿ ਸਾਇੰਸ ਲੈਬਾਰਟਰੀਆਂ ਵਾਲੇ ਸੈਕੰਡਰੀ ਸਕੂਲਾਂ ਨੂੰ ਉਹਨਾਂ ਖੇਤਰਾਂ ਦੇ ਕਿਸਾਨਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ ਅਤੇ ਮਿੱਟੀ ਦੀ ਗੁਣਵੱਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਿੱਟੀ ਦੀ ਪਰਖ ਲਈ ਅਜਹੀਆਂ ਲੈਬਾਰਟਰੀਆਂ ਨੂੰ ਵਰਤੋਂ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਨੇ ਪ੍ਰਸਾਰ ਪਾਰਟੀ ਨਾਲ ਵਿਸ਼ੇਸ਼ ਕਲਬਾਤ ਦੌਰਾਨ ਕਿਹਾ ਕਿ ਨਵੀਂ ਸਿੱਖਿਆ ਨੀਤੀ ਦਾ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਵੇਗਾ ਉਪਰਾਸ਼ਟਰਪਤੀ ਐਮ.ਐਨ.ਕੇ. ਨਾਇਡੂ ਨੇ ਵਾਤਾਵਰਣ ਵਿਭਿੰਨਤਾ ਅਤੇ ਵਾਤਾਵਰਣ ਨਿਆਂ ਸ਼ਾਸਤਰ ਕੌਮੀ ਅਤੇ ਕੋ ਮੰਤਰੀ ਪਰਿਪੇਖ ਵਿਸ਼ੇਤੀ ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਵਿੱਚ ਕਰਵਾਈ ਜਾ ਰਹੀ ਕੋ ਮੰਤਰੀ ਕਾਨਫਰੰਸ ਦਾ ਕੱਲ ਉਦਘਾਟਨ ਕੀਤਾ। ਇਹ ਕਾਨਫਰੰਸ ਈਕੋਸਿਸਟਮ ਦੀ ਸਾਂਭ ਸੰਭਾਲ ਅਤੇ ਵਾਤਾਵਰਣ ਨਿਆਂ ਨੂੰ ਕਾਇਮ ਰੱਖਦੇ ਹੋਏ ਰਾਸ਼ਟਰੀ ਵਿਕਾਸ ਵਿੱਚ ਸਹਾਇਤਾ ਦੇਣ ਜੈ ਵਿਪਿੰਤਾ ਦੀ ਮਹੱਤਵਤਾ ਦੇ ਮੱਤਮ ਨੂੰ ਕਾਰਵਾਈ ਵਿੱਚ ਲਿਆ ਜਾਵੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਮਾਨਯੋਗ ਪਤਵੰਤੇ ਅਤੇ ਸਿੱਖਿਆ ਸ਼ਾਸਤਰੀ ਐਸਕੋ ਮੰਤਰੀ ਕਾਨਫਰੰਸ ਵਿੱਚ हिस्सा ਲੈ ਰਹੇ ਨੇ ਆਪਣੇ ਸੰਬੋਧਨ ਵਿੱਚ ਬਨ ਕੈਨ ਆਈਡੂ ਨੇ ਕਿਹਾ ਕਿ ਵਿਕਾਸ ਦੀ ਚਾਹਤ ਵਿੱਚ ਸਮਾਜ ਨੇ ਕੁਦਰਤ ਨੂੰ ਨੁਕਸਾਨ ਪਹੁੰਚਾਇਆ ਹੈ ਜੰਗਲਾਂ ਤਾਂ ਨੂੰ ਤਬਾਹ ਕੀਤਾ ਵਾਤਾਵਰਣ ਸੰਤੁਲਨ ਵਿਗਾੜਿਆ ਹੈ ਵਾਤਾਵਰਣ ਨੂੰ ਪ੍ਰਦੂਸ਼ਿਤ ਕੀਤਾ ਹੈ ਜਲ ਸਰੋਤਾਂ ਤੇ ਕਬਜ਼ਾ ਕੀਤਾ ਜਿਸ ਨਾਲ ਹੁਣ ਇਸ ਦੇ ਮਾੜੇ ਨਤੀਜੇ ਸਾਰੇ ਪੂਗਤ ਰਹੇ ਨੇ ਉਨ੍ਹਾਂ ਕਿਹਾ ਕਿ ਯਕੀਨਨ ਵਧ ਰਹੇ ਤਾਪਮਨ ਵਧ ਰਹੀਆਂ ਚਰਮ ਘਟਨਾਵਾਂ ਅਤੇ ਕਟਦੀ ਜैव ਵਿਭਿੰਨਤਾ ਦੀ ਅਸਲੀਅਤ ਨੂੰ ਕਟਾਉਣ ਲਈ ਗੰਭੀਰ ਆਤਮ ਨਰੀਖਣ ਅਤੇ ਸਹਾਸੀ ਕਾਰਵਾਈਆਂ ਕਰਨ ਦੀ ਜ਼ਰੂਰਤ ਹੈ ਵੰਗਿਆ ਨਾਇਡੂ ਨੇ ਕਿਹਾ ਕਿ ਇਸ ਬਾਰੇ ਸੋਚਣਾ ਸਿਰਫ ਸਰਕਾਰ ਦਾ ਹੀ ਕਰਤਵ ਨਹੀਂ ਹੈ ਬਲਕਿ ਇਸ ਪ੍ਰithvi ਨੂੰ ਬਚਾਉਣਾ ਧਰਤੀ ਦੇ ਹਰ ਨਾਗਰਿਕ ਅਤੇ ਮਨੁੱਖ ਦਾ ਫਰਜ਼ ਹੈ ਸਾਇੰਟਿਸਟਸ ਹੈਵ ਓਵਰਵੇਲਮਿੰਗ ਐਵਿਡੈਂਸ ਹਾਊ ਦੈਟ ਇਜ਼ ਮੋਸਟ ਸਰਟਨਲੀ ਮੈਨ ਮੇਡ ਕਾਜ਼ਸ which have led to climate change as well as driving a million species to extinction kendriket at yuva mamlya bare mantri anurag singh thakur ne netaji subhaschandra bos commi khed sansthan patiala de kaat me sthapna divas maagam vich mukh mehman de taur te hissa liya Sports Authority of India ਦੇ ਇਸ ਖੇਡ ਸੰਸਥਾਨ ਚ ਉਹਨਾਂ ਦੋ ਪ੍ਰੋਜੈਕਟਾਂ ਦਾ ਨੀਂ ਪੱਥਰ ਰੱਖਿਆ। ਇਹ ਪ੍ਰੋਜੈਕਟ ਆਧੁਨਿਕੀਕਰਨ ਦਾ ਇੱਕ ਹਿੱਸਾ ਹੈ ਜਿਸ ਤੇ ਕੇਂਦਰ ਸਰਕਾਰ ਤਨਸਾਲਾ ਵਿੱਚ 150 ਕਰੋੜ ਰੁਪਏ ਖਰਚ ਕਰ ਰਹੀ ਹੈ। ਪਹਿਲੇ ਪ੍ਰੋਜੈਕਟ ਤਹਿਤ ਡਿਪਲੋਮਾ ਤਾਰਕਾਂ ਦੀ ਸਿੱਖਿਆ ਲਈ ਆਧੁਨਿਕ ਸਹੂਤਾਵਾਂ ਵਾਲੀ ਖੇਡ ਵਿਗਿਆਨ ਲੈਬਾਰਟਰੀ ਸਮੇਤ ਸਟਰੈਂਥ ਅਤੇ ਕੰਡੀਸ਼ਨਿੰਗ ਹਾਲ ਬਣਾਇਆ ਜਾ ਰਿਹਾ ਹੈ। ਨਵੇਂ ਬੁਨਿਆਦੀ ਢਾਂਚੇ 'ਚ ਇੱਕ ਇੰਡੋਰ 3 ਲਾਈਨਾਂ ਵਾਲੇ ਟਰੈਕ ਅਤੇ ਖਿਡਾਰੀਆਂ ਦੀ ਫਿਟਨੈਸ ਅਤੇ ਪ੍ਰੈਕਟਿਸ ਤੋਂ ਬਾਅਦ ਦੀ ਰਿਕਵਰੀ ਲਈ ਜਿਮ ਵੀ ਉਸਾਰਿਆ ਜਾ ਰਿਹਾ ਹੈ ਇਸ ਹਾਲ ਵਿੱਚ ਇੱਕੋ ਇੱਕੋ ਵੇਲੇ 150 ਐਥਲੀਟਾਂ ਦੇ ਠਹਿਰਨ ਦੀ ਸਮਰੱਥਾ ਹੋਵੇਗੀ ਜਿਹੜੀ ਦੇਸ਼ ਵਿੱਚ ਆਪਣੀ ਕਿਸਮ ਦੀ ਸਭ ਤੋਂ ਵੱਡੀ ਸਹੂਲਤ ਹੋਵੇਗੀ ਦੂਜੇ ਪ੍ਰੋਜੈਕਟ ਵਿੱਚ ਇੱਕ ਪੂਰੀ ਤਰ੍ਹਾਂ ਨਾਲ ਮੌਸਮ ਅਨੁਕੂਲ ਰਸੋਈ ਵਿੱਚ 2000 ਲੋਕਾਂ ਲਈ ਭੋਜਨ ਤਿਆਰ ਕੀਤਾ ਜਾ ਸਕੇਗਾ। ਸਮੇਤ 400 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲੇ ਫੂਡ ਕੋਰਟ ਦੀ ਉਸਾਰੀ ਵੀ ਸ਼ਾਮਲ ਹੈ। ਇਸ ਕੈਂਪਸ ਵਿੱਚ ਦੋ ਹੌਸਟਲਾਂ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ ਜਿਸ ਨਾਲ ਹੌਸਟਲ ਦੀ ਸਮਰੱਥਾ ਵਿੱਚ 450 ਵਾਧੂ ਖਿਡਾਰੀ ਇੱਥੇ ਠਹਿਰ ਸਕਣ। ਕੇਂਦਰੀ ਮੰਤਰੀ ਨੇ ਖਿਡਾਰੀਆਂ, ਕੋਚਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੀ ਮਨ ਕੀ ਬਾਤ ਸੁਣੀ ਅਤੇ ਉਨ੍ਹਾਂ ਨੂੰ ਆਉਣ ਵਾਲੇ ਖੇਡ ਮੁਕਾਬਲੇ ਦੌਰਾਨ ਆਪਣਾ ਹੋਰ ਵੀ ਚੰ੍ਰਿਕਾ ਪ੍ਰਦਰਸ਼ਨ ਕਰਨ ਦੀ ਹਦਾਇਤ ਦਿੱਤੀ। ਅਨਵਕ ਸਿੰਘ ਠਾਕੁਰ ਨੇ 268 ਏਕੜ ਵਿੱਚ ਫੈਲੀ ਕੌਮੀ ਖੇਡ ਸੰਸਥਾਨ ਦੇ ਕੁਝ ਹਿੱਸਿਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਮੁਕਬਾਰੇ ਦੀ ਹਾਲਤ ਦਾ ਵੀ ਜਾਇਜ਼ਾ ਲਿਆ ਜਿਸ ਦਾ ਪਿਛਲੇ ਸਮੇਂ ਦੌਰਾਨ ਆਧੁਨਿਕੀਕਰਨ ਕੀਤਾ ਗਿਆ ਹੈ। ਮਗਰੂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਐਨ ਆਈ ਐਸ ਪਟਿਆਲਾ ਪਾਰਦ ਦਾ ਪ੍ਰਮੁੱਖ ਕੇਡ ਸੰਸਥਾਨ ਹੈ ਜਿਸ ਦੇ ਇੱਕਾਠਵੇਂ ਸਥਾਪਨਾ ਦਿਵਸ ਤੇ ਸ਼ੁਰੂ ਕੀਤੇ ਜਾ ਰਹੇ ਇੱਕ ਪ੍ਰੋਜੈਕਟ ਖਿਡਾਰੀਆਂ ਲਈ ਇੱਕ ਤੋਹਫਾ ਹੈ। ਉਨ੍ਹਾਂ ਕਿਹਾ ਕਿ ਹਰ ਖਿਡਾਰੀ ਦੀ ਚੰਗੀ ਅਤੇ ਸਵੱਛਕਰਾਕ ਫਿਟਨੈਸ ਅਤੇ ਸਿਹਤਿਆਬੀ ਉਨ੍ਹਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੇ। ਕੇਂਦਰੀ ਮੰਤਰੀ ਨੇ ਦੱਸਿਆ ਕਿ ਸੰਸਥਾਨ ਦਾ ਪੜਾਵਾ ਟਾਂਗ ਨਾਲ ਆਤ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਮੌਜੂਦਾ ਪ੍ਰੋਜੈਕਟ 2022-23 ਲਈ ਨਿਰਧਾਰ ਕੀਤੀਆਂ ਗਈਆਂ 13 ਬੁਨਿਆਦੀ ਟਾਂਚਾ ਪ੍ਰੋਜੈਕਟਾਂ ਵਿੱਚ ਸ਼ਾਮਲ ਹੈ ਉਹਨਾਂ ਦੱਸਿਆ ਕਿ 2014 ਤੋਂ 2021 ਤੱਕ ਸੰਸਥਾਨ ਦੇ ਆਧੁਨਿਕੀਕਰਨ ਲਈ ਕਈ ਪ੍ਰੋਜੈਕਟ ਲਾਂਚ ਕੀਤੇ ਜਾ ਚੁੱਕੇ ਨੇ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਕੇਂਦਰ ਸਰਕਾਰ ਅਜੇ ਹੀ ਉਪਰਾਲੇ ਕਰ ਰਿਹਾ ਹੈ ਜਿਸ ਨਾਲ ਖਿਡਾਰੀਆਂ ਨੂੰ ਉਹ ਲੋੜੀਂਦੀਆਂ ਸਹੂਲਤਾਂ ਮਿਲ ਸਕਣ ਜਿਹੜੀਆਂ ਉਹਨਾਂ ਨੂੰ ਚੰਗੀ ਸਿੱਖਲਾਈ ਦੇਣ ਅਤੇ ਉਹਨਾਂ ਨੂੰ ਖੇਡ ਉਤਮਤਾ ਹਾਸਲ ਕਰਨ ਲਈ ਲੋੜੀਂਦੀਆਂ ਨੇ ਖੇਡ ਇੰਡੀਆ ਅਕੈਡਮੀਆਂ ਬਣਾਈ ਜਾ ਰਹੀਆਂ ਨੇ कोई पूर्व खिलाड़ी भी अगर अपनी एकेडमी शुरू करना चाहता है तो उसको भी हम पाँच लाख रुपये देते हैं साल का कि वो अपनी शुरू कर सके उसको रोज़गार भी मिलेगा खिलाड़ियों को कोच भी मिलेगा इसी तरह से ही राज्य के कुछ ट्रेनिंग सेंटर थे जो राज्य नहीं चला पा रहा था उनको भी हमने चलाया कुछ अपने सेंटर थे उनको भी अपग्रेड करने का हमने काम किया खेलो इंडिया यूनिवर्सिटी गेम्स हाल ही में बेंगलुरु में हुई बहुत सफल हुई तीन खिलाड़ी देश भर से आए दो यूनिवर्सिटी से आए और मैं तो ये कहूँगा पंजाब की अगर तीन यूनिवर्सिटीज़ की बात की जाए लवली प्रोफेशनल यूनिवर्सिटी पंजाब यूनिवर्सिटी पंजाबी यूनिवर्सिटी सबसे बड़ा चंक अगर मेडल्स का जीता तो इन लोगों ने जीता ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫਤਾਰੀ ਬਾਰੇ ਮੁਹਾਲੀ ਦੀ ਕਦਾਲਤ ਵੱਲੋਂ ਜਾਰੀ ਕੀਤੇ ਗਏ ਗ੍ਰਿਫਤਾਰੀ ਵਾਰੰਟ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਖਲ ਇੱਕ ਪਟੀਸ਼ਨ ਤੇ ਸੁਣਵਾਈ 10 ਮਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਹਾਈ ਕੋਰਟ ਨੇ ਉਦੋਂ ਤੱਕ ਪਾਜਪਾਨ ਨੇਤਾ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ ਇਹ ਪਟੀਸ਼ਨ ਸਰਕਾਰ ਨੇ ਬੀਤੇ ਸ਼ੁੱਕਰਵਾਰ ਦਾਖਲ ਕੀਤੀ ਸੀ ਇਸ ਦੌਰਾਨ ਤਜਿੰਦਰਪਾਲ ਬੱਗਾ ਨੂੰ ਬੀਤੀ ਰਾਤ ਹਰਿਆਣਾ ਦੀ ਕਦਾਲਤ ਨੇ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਇਸ ਮਗਰੋਂ ਉਹ ਦਿੱਲੀ ਸਥਿਤ ਆਪਣੇ ਘਰ ਪਰਤਾਈ ਅਦਾਲਤ ਨੇ ਦਿੱਲੀ ਪੁਲਿਸ ਨੂੰ ਤਜਿੰਦਰ ਪਾਲ ਅਤੇ ਉਸਦੇ ਪਿਤਾ ਦੀ ਜ਼ਰੂਰੀ ਸੁਰੱਖਿਆ ਯਕੀਨੀ ਬਣਾਉਣ ਲਈ ਆਖਿਆ ਹੈ ਦੂਜੇ ਪਾਸੇ ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦਿੱਲੀ ਵਿੱਚ ਤਜेंद्रਪਾਲ ਸਿੰਘ ਬੱਗਾ ਨੂੰ ਫੜਨ ਲਈ ਇੱਕ ਦਾਗੀ ਡੀਐਸਪੀ ਕੁਲਜਿੰਦਰ ਸਿੰਘ ਨੂੰ ਭੇਜਿਆ ਉਹਨਾਂ ਨੇ ਕਿਹਾ ਕਿ ਇਸ ਡੀਐਸਪੀ ਦਾ ਤਸਕਰਾ ਨਾਲ ਲਿੰਕ ਹੈ ਮਨਜਿੰਦਰ ਸਿਰਸਾ ਨੇ ਕਿਹਾ ਕਿ ਕੁਲਜਿੰਦਰ ਸਿੰਘ ਉਹ ਡੀਐਸਪੀ ਹੈ ਜਿਹੜਾ ਪੰਜਾਬ ਵਿੱਚ ਆਰਡੀਐਕਸ ਲੈ ਕੇ ਆ ਰਿਹਾ ਸੀ ਅਤੇ 700 ਕਰੋੜ ਦੇ ਡਰਗ ਤਸਕਰੀ ਮਾਮਲੇ ਵਿੱਚ ਸਰਬਜੀਤ ਸਿੰਘ ਦਾ ਸਾਥੀ ਹੈ सरबजीत सिंह ड्रग लॉर्ड बता रहा है कि ये कुलजिंदर सिंह लेके आएगा ये कुलजिंदर सिंह वो डीएसपी जो आरडीएक्स लेके आ रहा था पंजाब में जो 700 करोड़ रुपए के ड्रग लॉर्ड का साथी सरबजीत सिंह का साथी जिसके ऊपर चार स्टेटों में ड्रग्स के मुकदमे चल रहे हैं वो सरबजीत सिंह जो आजकल पंजाब पुलिस की गिरफ्त में जेल में है बजाय इसके कि भगवंत मान आके जो ड्रग और नशा खत्म करने की बात करता था वो भगवंत मान आके इस डीएसपी को जेल में डालता जिस डीएसपी को लगवाया किसने मैं फिर याद करा दू 700 करोड़ के नशा तस्कर सरबजीत सिंह ने इस डीएसपी को लगवाया इस डीएसपी की जुम्मे क्या लगा था काम गैर कानूनी तरीके से लोगों को अरेस्ट करने का आजकल कर वो डीएसपी क्या कर रहा है आजकल वो गैर कानूनी तरीके से तेजिंदर बग्गा को अरेस्ट करने के लिए दिल्ली आया ਭਾਰਤ ਸਰਕਾਰ ਦੀ ਯੋਜਨਾ ਜਲਜੀਵਨ ਮਿਸ਼ਨ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪਿੰਡੂ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ਤੱਕ ਟੂਟੀ ਰਾਹੀਂ ਪਾਣੀ ਪਹੁੰਚਾਇਆ ਜਾ ਰਿਹਾ ਹੈ ਯੋਜਨਾ ਨੇ ਲੋਕਾਂ ਨੂੰ ਸਾਫ਼-ਸੋਥਰਾ ਪਾਣੀ ਯੋਗਪੀਣ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਫਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਵੀ ਮਿਸ਼ਨ ਤਹਿਤ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲ ਰਿਹਾ ਹੈ ਇੱਕ ਰਿਪੋਰਟ ਜਲਜੀਵਨ ਮਿਸ਼ਨ ਤਹਿਤ ਸਰਕਾਰ ਦੀ ਕੋਸ਼ਿਸ਼ ਹਰ ਘਰ ਤੱਕ ਟੂਟੀ ਰਾਹੀਂ ਪਾਣੀ ਪਹੁੰਚਾਉਣਾ ਯਕੀਨੀ ਕਰਨਾ ਹੈ ਪੰਜਾਬ ਦੇ ਹੋਰ ਨਾ ਜ਼ਿਲ੍ਹਿਆਂ ਵਾਂਗ ਫਾਜ਼ਿਲਕਾ ਜ਼ਿਲ੍ਹੇ ਵਿੱਚ ਵੀ ਮਿਸ਼ਨ ਤਹਿਤ ਵੱਡੇ ਪੱਧਰ ਤੇ ਲੋਕਾਂ ਦੇ ਘਰਾਂ ਤੱਕ ਪਾਣੀ ਦੇ ਕਨੈਕਸ਼ਨ ਪਹੁੰਚਾਏ ਜਾ ਰਹੇ ਨੇ ਫਾਜ਼ਿਲਕਾ ਨਾਲ ਲੱਗਦਾ ਪਿੰਡ ਆਵਾਵੀ ਇਹਨਾਂ ਪਿੰਡਾਂ ਵਿੱਚ ਸ਼ਾਮਲ ਹੈ ਇਸ ਪਿੰਡ ਵਿੱਚ ਤਕਰੀਬਨ 200 ਘਰ ਨੇ ਅਤੇ ਇਹਨਾਂ ਸਾਰਿਆਂ ਤੱਕ ਪਾਣੀ ਪਹੁੰਚਾਇਆ ਜਾ ਚੁੱਕਾ ਹੈ ਪਾਣੀ ਦੀ ਸਪਲਾਈ ਲਈ ਵਿਸ਼ੇਸ਼ ਟੈਂਕੀਆਂ ਬਣਾਈਆਂ ਗਈਆਂ ਨੇ ਜਿਨ੍ਹਾਂ ਲੋਕਾਂ ਦੇ ਘਰਾਂ ਤੱਕ ਮੁਫਤ ਪਾਣੀ ਦੇ ਕਨੈਕਸ਼ਨ ਪਹੁੰਚਾਏ ਗਏ ਜਿਸ ਨਾਲ ਹੁਣ ਲੋਕਾਂ ਨੇ ਸਾਫ਼ ਸੁਥਰਾ ਪਾਣੀ ਮਿਲਣ ਤੇ ਸੁੱਖ ਦਾ ਸਾਹ ਲਿਆਏ ਬਹੁਤ ਦੁਖੀ ਸੀ ਪਹਿਲਾਂ ਥੱਲੇ ਦਾ ਪਾਣੀ ਸ਼ੋਰੇ ਲਾਇਕ ਸੀ ਔਰ ਮਾੜਾ ਪਾਣੀ ਸੀ ਬਹੁਤ ਵਧੀਆ ਹੈ ਜੀ ਸਾਡੇ ਚੰਗਾ ਪਰਾਲਾ ਪਿੰਡ ਦੇ ਵਿੱਚ ਪਾਣੀ ਵਧੀਆ ਮਿਲ ਰਿਹਾ ਚੰਗਾ ਪਾਣੀ ਮਿਲ ਰਿਹਾ ਸੇਵਾਤ ਸੁਹੂਲਤਾਵਾਂ ਮਿਲੀਆਂ ਨਾਲ ਸੇਵ ਚੰਗੀ ਹੈ ਸਾਰਿਆਂ ਦੀ ਹਾਂਜੀ ਸਾਨੂੰ ਮੈਂ ਬਹੁਤ ਖੁਸ਼ ਹਾਂ ਵੀ ਸਾਨੂੰ ਪਾਣੀ ਬਹੁਤ ਵਧੀਆ ਮਿਲ ਰਿਹਾ ਸਾਨੂੰ ਵੀ ਕੋਈ ਦਿੱਕਤ ਨਹੀਂ ਹੈ ਨਾ ਸਾਡੇ ਕੋਲ ਸਿਕਿਉਰਟੀ ਲਈ ਗਈ ਹੈ ਹੁਣ ਸਾਡੀਆਂ ਮੋਟਰਾਂ ਬਿਲਕੁਲ ਬੰਦ ਹੈ ਪਹਿਲਾਂ ਪਾਣੀ ਜਿੱਥੋਂ ਆਉਂਦਾ ਸੀ ਸਪਲਾਈ ਚ ਬਹੁਤ ਵਿਗਨ ਪੈਂਦੇ ਸੀ ਕਿਤੇ ਗੰਦਾ ਪਾਣੀ ਡਲ ਜਾਂਦਾ ਸੀ ਹੁਣ ਸਾਫ਼ ਸੁਥਰਾ ਪਾਣੀ ਹੈ ਪਹਿਲਾਂ ਪਾਣੀ ਮਿਲਦਾ ਨਹੀਂ ਸੀ ਹੁਣ ਪਾਣੀ ਵਧੀਆ ਮਿਲਦਾ ਜੀ ਸਾਨੂੰ ਨਹੀਂ ਪਹਿਲਾਂ ਕੁ ਮਾਰ ਪਾਣੀ ਆਉਂਦਾ ਸੀ ਜੋ ਕਦੇ ਪਹੁੰਚਦਾ ਸੀ ਕਦੇ ਨਹੀਂ ਪਹੁੰਚਦਾ ਸੀ ਆਵਾ ਪਿੰਡ ਦੇ ਸਰਪੰਚ ਸ਼ਮਿੰਦਰ ਸਿੰਘ ਮੁਤਾਬਕ ਪਾਣੀ ਦੀ ਸਪਲਾਈ ਹੁਣ 24 ਘੰਟੇ ਮਿਲਦੀ ਹੈ ਸਾਡੇ ਪਾਣੀ ਬਹੁਤ ਵਧੀਆ ਆਉਂਦਾ ਹੈ ਕੋਈ ਕੋਈ ਪ੍ਰੋਬਲਮ ਨਹੀਂ ਔਰ ਟੈਂਕੀਆਂ ਦੇ ਪਾਣੀ ਚੜਦਾ ਤੇ ਸਸੀਂ ਕਹਿ ਸਕਦੇ ਹਾਂ ਕਿ ਸਾਡੇ ਪਿੰਡ ਤੇ 24 ਘੰਟੇ ਪਾਣੀ ਦੀ ਸਪਲਾਈ ਆ ਕਿਉਂਕਿ ਟੈਂਕੀਆਂ ਹਰੇਕ ਘਰ ਨੇ ਲਗਾਈਆਂ ਜਦੋਂ ਟੈਂਕੀ ਭਰ ਜਾਂਦੀ ਹੈ ਫਲੂਰ ਬੰਦ ਹੋ ਜਾਂਦਾ ਹੈ ਪਾਣੀ ਬੰਦ ਹੋ ਜਾਂਦਾ ਉਹ 24 ਘੰਟੇ ਵਾਲੀ ਗੱਲ ਹੀ ਹੈ ਵਾਟਰ ਸਪਲਾਈ ਤੇ ਸੈਨੀਟੇਸ਼ਨ ਮਹਿਕਮੇ ਦੇ ਐਸ ਡੀਓ ਜਗਦੀਪ ਕੁਮਾਰ ਦਾ ਕਹਿਣਾ ਹੈ ਕਿ ਆਵਾ ਪਿੰਡ ਦੇ ਨਾਲ ਨਾਲ ਹੋਰ ਨਾ ਪਿੰਡਾਂ ਵਿੱਚ ਵੀ ਲੋਕਾਂ ਦੇ ਘਰਾਂ ਤੱਕ ਪਾਣੀ ਦੇ ਮੁਫਤ ਕਨੈਕਸ਼ਨ ਦਿੱਤੇ ਗਏ ਨੇ ਪਹਿਲਾਂ ਇਹ ਪਿੰਡ ਸੀ ਕਮਾਲਵਾਲਾ ਵਾਟਰ ਸਪਲਾਈ ਨਾਲ ਅਟੈਚ ਸੀ ਜਿਹੜੀ ਕਿ ਲਗਭਗ ਇੱਥੋਂ 15 ਕਿਲੋਮੀਟਰ ਦੀ ਦੂਰੀ ਦੇ ਸੀ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਤੰਗੀ ਸੀਗੀ ਉਸ ਤੋਂ ਬਾਅਦ ਡਿਪਾਰਟਮੈਂਟ ਵੱਲੋਂ ਇੱਕ ਇਹ ਪ੍ਰੋਜੈਕਟ ਦੇ ਅਧੀਨ ਲੈ ਕੇ ਇੱਥੇ ਵਾਟਰ ਵਰਕਸ ਬਣਾਇਆ ਗਿਆ ਪਿੰਡ ਨੇ ਆਪਣਾ 10% ਸ਼ੇਅਰ ਜਮ੍ਹਾਂ ਕਰਵਾਇਆ ਸੀ ਤੇ ਸਾਰਿਆਂ ਦੇ ਸਹਿਯੋਗ ਨਾਲ ਹਰ ਇੱਕ ਘਰ ਨੂੰ ਪੀਣ ਵਾਲੇ ਪਾਣੀ ਦਾ ਕਨੈਕਸ਼ਨ ਫ੍ਰੀ ਆਫ ਕਾਸਟ ਮੁਹੱਈਆ ਕਰਾਇਆ ਜਾ ਚੁੱਕਾ ਹੈ 200 ਦੇ ਕਰੀਬ ਇਸ ਪਿੰਡ ਦੇ ਵਿੱਚ ਘਰ ਨੇ ਹਰ ਇੱਕ ਘਰ ਦੇ ਵਿੱਚ ਕਨੈਕਸ਼ਨ ਪਹੁੰਚਾ ਕੇ ਸਰਕਾਰ ਵੱਲੋਂ ਹਰ ਇੱਕ ਘਰ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ ਪੰਜਾਬ ਵਿੱਚ ਤਕਰੀਬਨ 34 ਲੱਖ ਪਿੰਡੂ ਮਕਾਨ ਨੇ ਜਿਨ੍ਹਾਂ ਵਿੱਚੋਂ 31 ਲੱਖ ਮਕਾਨਾਂ ਤੱਕ ਜਲ ਜੀਵਨ ਮਿਸ਼ਨ ਤਹਿਤ ਟੂਟੀ ਵਾਲਾ ਪਾਣੀ ਪਹੁੰਚਾਇਆ ਜਾ ਚੁੱਕਿਆ ਹੈ ਫਾਜ਼ਿਲਕਾ ਤੋਂ ਸੁਨੀਲ ਨਾਗਪਾਲ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮachar ਜਲੰਧਰ ਸੀਬੀਆਈ ਨੇ ਆਮ ਆਦਮੀ ਪਾਰਟੀ ਦੇ ਮਲੇਰਕੋਟਲਾ ਜ਼ਿਲ੍ਹੇ ਦੇ ਅਮਰਗੜ ਹਲਕੇ ਤੋਂ ਵਿਧਾਨਕਾਰ ਅਸਵਤ ਸਿੰਘ ਕੱਜਮਾਜਰਾ ਨਾਲ ਜੁੜੇ ਅਦਾਰਿਆਂ ਤੇ ਛਾਪੇਮਾਰੀ ਕੀਤੀ ਹੈ ਖਬਰ ਏਜੰਸੀ ਐਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਇਹ ਛਾਪੇਮਾਰੀ 40 ਕਰੋੜ ਦੇ ਇੱਕ ਬੈਂਕ ਫਰਾਡ ਮਾਮਲੇ ਵਿੱਚ ਕੀਤੀ ਗਈ ਹੈ ਇਹ ਮਾਮਲਾ ਬੈਂਕ ਆਫ ਬਰੂਦਾ ਨਾਲ ਜੁੜਿਆ ਹੋਇਆ ਹੈ ਦੱਸਿਆ ਜਾਂਦਾ ਹੈ ਕਿ ਛਾਪੇਮਾਰੀ ਦੌਰਾਨ ਸੀਬੀਆਈ ਨੇ ਦਸਤਖਤਾਂ ਵਾਲੇ ਖਾਲੀ 94 ਚੈੱਕ ਅਤੇ ਕਈ ਆਧਾਰ ਕਾਰਡ ਬਰਾਮਦ ਕੀਤੇ ਨੇ ਸੀਬੀਆਈ ਨੇ ਬੈਂਕ ਧੋਖਾਧੜੀ ਮਾਮਲੇ ਵਿੱਚ ਪੰਜਾਬ ਦੇ ਅਮਰਗੜ ਤੋਂ ਵਿਧਾਇਕ ਦੇ ਠਿਕਾਣੇ ਉੱਤੇ ਕੱਲ੍ਹ ਬਾਦ ਦੁਪਹਿਰ ਅਮਰਗੜ, ਸੰਗਰੂਰ ਅਤੇ ਮਲੇਰਕੋਟਲਾ ਵਿੱਚ ਪੰਦੇ ਠਿਕਾਣਿਆਂ ਤੇ ਛਾਪੇ ਮਾਰੀ ਕੀਤੀ ਗਈ। ਕਈ ਘੰਟੇ ਤੱਕ ਚੱਲੀ ਕਾਰਵਾਈ ਦੌਰਾਨ ਸੀਬੀਆਈ ਨੇ ਉਨ੍ਹਾਂ ਦੇ ਕਰਮਚਾਰੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਨੇ ਅਤੇ ਕਈ ਅਹਿਮ ਦਸਤਾਵੇਜ਼ ਵੀ ਆਪਣੇ ਕਬਜ਼ੇ ਵਿੱਚ ਲੈਨੇ। ਵਿਧਾਨਕਾਰ ਜਸਵੰਤ ਸਿੰਘ ਨੇ ਵਿਧਾਨਸਭਾ ਚੋਣਾਂ ਦੌਰਾਨ ਪੰਜਾਬ ਦੇ ਗਰਮਖਿਆਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਤਜੀਤ ਮਾਨ ਨੂੰ ਹਰਾਇਆ ਸੀ। ਪੰਜਾਬ ਵਿੱਚ ਕਣਕ ਖਰੀਦ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ 8 ਮਈ ਤੋਂ 853 ਮੰਡੀਆਂ ਬੰਦ ਕਰਨ ਸੰਬੰਧੀ ਨੋਟੀਫਿਕੇਸ਼ਨ ਪੰਜਾਬ ਰਾਜ ਮੰਡੀ ਬੋਰਡ ਵੱਲੋਂ ਕੱਲ ਜਾਰੀ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ 274 ਮੰਡੀਆਂ ਪਹਿਲਾਂ ਹੀ ਬੰਦ ਹੋ ਚੁੱਕੀਆਂ ਨੇ ਮਹਾਤਮਾ ਗਾਂਧੀ ਕੌਮੀ ਪਿੰਡੂ ਰੁਜ਼ਗਾਰ ਗਰੰਟੀ ਕਾਨੂੰਨ ਮਨਰੇਗਾ ਤਹਿਤ ਫਾਜ਼ਿਲਕਾ ਜ਼ਿਲ੍ਹੇ ਨੇ ਸਭ ਤੋਂ ਵੱਧ ਕੰਮ ਕਰਕੇ ਪਹਿਲੀ ਥਾਂ ਹਾਸਲ ਕੀਤੀ ਹੈ ਜ਼ਿਲ੍ਹੇ ਨੇ ਬੀਤੇ ਸਾਲ ਮਨਰੇਗਾ ਤਹਿਤ 145 ਕਰੋੜ 48 ਲੱਖ ਰੁਪਏ ਖਰਚ ਕੀਤੇ ਨੇ ਇਸ ਦੌਰਾਨ 347342 ਦਿਹਾੜੀਆਂ ਦੀ ਸਿਰਜਣਾ ਕਰਕੇ ਲੋਕਾਂ ਦੇ ਰੁਜ਼ਗਾਰ ਜ਼ਰੂਰਤਾਂ ਪੂਰੀਆਂ ਕੀਤੀਆਂ ਗਈਆਂ ਡਿਪਟੀ ਕਮਿਸ਼ਨਰ ਹਿਮਾਂਸ਼ਵਰ ਅਗਰਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਨੇ ਮਿੱਥੀ ਟਿਚੇ ਦਾ 188% ਹਾਸਲ ਕੀਤਾ ਹੈ ਉਨ੍ਹਾਂ ਕਿਹਾ ਕਿ ਨਾ ਸਿਰਫ ਟਿਚੇ ਤੋਂ ਵੱਧ ਕੰਮ ਕੀਤਾ ਗਿਆ ਬਲਕਿ ਸਕੀਮ ਰਾ ਇਹ ਜ਼ਿਲ੍ਹੇ ਦੇ ਪਿੰਡਾਂ ਦਾ ਮੂਹ ਮਹਾਂਦਰਾ ਵੀ ਬਦਲੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਅਜਿਹੇ ਪ੍ਰੋਜੈਕਟ ਲਾਗੂ ਕੀਤੇ ਗਏ ਜਿਸ ਨਾਲ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਵੇ। ਬਿਤੇ ਮਾਲੀਵਰੇ ਵਿੱਚ ਜ਼ਿਲ੍ਹੇ ਵਿੱਚ 111 ਟੋਬਿਆਂ ਦੀ ਸਫਾਈ ਮੰਡਰੇਗਾ ਤਹਿਤ ਕਰਵਾਈ ਗਈ ਅਤੇ ਚਾਲੂ ਮਾਲੀਵਰੇ ਵਿੱਚ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਤਿਆਰ ਕੀਤੇ ਜਾਣਗੇ ਤਾਂ ਜੋ ਮੀਂਦੇ ਪਾਣੀ ਦੀ ਸੰਭਾਲ ਕੀਤੀ ਜਾ ਸਕੇ। ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਵਿਖੇ ਐਂਧੀਆਂ ਪਾਈ ਜਾ ਰਹੇ ਦੇ ਸਦਰ ਮੁਕਾਮ ਵਿਖੇ ਬੀਤੀ ਰਾਤ Eid ਮਿਲਨ ਦਾ ਪ੍ਰੋਗਰਾਮ ਤੁਮਤਾਮ ਅਤੇ ਇਲਾਕੇ ਦੀ ਲੋਕਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਦੀ ਪ੍ਰਧਾਨਗੀ ਐਂਧੀਆਂ ਜਮਾਤ ਦੇ ਮੁਖਸਕਰ ਮੁਹੰਮਦ ਇਨਾਮ ਗੋਰੀ ਨੇ ਕੀਤੀ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਇਲਾਕੇ ਦੀ ਲੋਕਾਂ ਨੇ ਹਿੱਸਾ ਲਿਆ ਮੁਹੰਮਦ ਇਨਾਮ ਗੋਰੀ ਨੇ ਆਏ ਹੋਏ ਮਹਿਮਾਨਾਂ ਦਾ ਇਸਤਕਬਾਲ ਕੀਤਾ ਅਤੇ ਇਸ ਨੂੰ ਪਾਈ ਜਾ ਰਹੇ ਵੱਲੋਂ ਲੋਕਾਂ ਨੂੰ ਆਮਨ ਦਾ ਸੁਨੇਹਾ ਦਿੱਤਾ ਮੁਹੰਮਦ ਇਨਾਮ ਹਰੀ ਨੇ ਕਿਹਾ ਕਿ ਅਮਦਿਆ ਪਾਈਚਾਰਾ ਹਮੇਸ਼ਾ ਹੀ ਅਮਨ-ਅਮਾਨ ਅਤੇ ਸੁਭੇਦਿਤ ترقی ਦਾ ਮੁੱਦਾ ਹੀ ਰਿਹਾ ਹੈ ਅਤੇ ਹਰੇਕ ਪ੍ਰੋਗਰਾਮ ਇਸੇ ਤਰ੍ਹਾਂ ਹੀ ਮਿਲਜੁਲ ਕੇ ਕੀਤਾ ਜਾਂਦਾ ਹੈ। ਦੇਸ਼ਵਿਆਪੀ ਕੋਵਿਡ ਟਿਕਾਖਾਨ ਮੁਹਿੰਮ ਤਾਇਤ ਹੁਣ ਤੱਕ 190 ਕਰੋੜ 18 ਲੱਖ ਤੋਂ ਵੱਧ ਕੋਵਿਡ ਰੋਕੂ ਟੀਕੇ ਲਗਾਏ ਜਾ ਚੁੱਕੇ ਨੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਨੁਸਾਰ ਹੁਣ ਤੱਕ 12 ਤੋਂ 14 ਸਾਲ ਉਮਰ ਦੇ ਬੱਚਿਆਂ ਨੂੰ 4 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਨੇ। ਦੇਸ਼ ਵਿੱਚ ਸਿਹਤਿਆਭੀਤੀ ਦਾ 98.74% ਹੈ ਮੌਜੂਦਾ ਸਮੇਂ ਚ ਕੋਰੋਨਾ ਦੇ 20303 ਮਰੀਜ਼ ਜ਼ੇਰੇ ਇਲਾਜ ਹੈ ਬੀਤੇ ਦਿਨ 3805 ਨਵੀਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਇਸ ਅਰਸੇ ਦੌਰਾਨ 3108 ਮਰੀਜ਼ਾਂ ਨੇ ਕੋਰੋਨਾ ਲੋਕ ਤੋਂ ਮੁਕਤੀ ਹਾਸਲ ਕੀਤੀ ਹੈ ਦੇਸ਼ ਵਿੱਚ ਹੁਣ ਤੱਕ 84 ਕਰੋੜ 3 ਲੱਖ ਤੋਂ ਵੱਧ ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ ਮੈਂ ਸਟੂਡੀਓ ਤੋਂ 마스크 ਲਗਾ ਕੇ ਬਾਹਰ ਜਾ ਰਹੀ ਹਾਂ ਤੇ ਤੁਸੀਂ ਵੀ ਕਰੋ ਬਾਹਰ ਨਿਕਲਣ ਲੱਗੀ 마스크 ਜ਼ਰੂਰ ਪਹਿਨੋ ਦਿਓ ਆ ਗਿਆ ਨਮਸਕਾਰ